ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਧਾਲੀਵਾਲ, ਗਲੋਬਲ ਐਕਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੁਰਾ ਤੋਂ। ਅੱਜ ਆਪਾਂ ਸਟੱਡੀ ਵੀਜ਼ਾ, ਕੈਨੇਡਾ ਸਟੱਡੀ ਵੀਜ਼ਾ ਦੇ ਬਾਰੇ ਆਪਾਂ ਇੱਕ ਟੋਪਿਕ 'ਤੇ ਪ੍ਰੋਪਰ ਗੱਲ ਕਰਨਾ ਮੈਂ ਤੁਹਾਡੇ ਨਾਲ ਚਾਹੂੰਗਾ, ਕਿਉਂਕਿ ਇੱਕ ਦੋ ਨਾ ਕੇਸ ਇੱਦਾਂ ਦੇ ਵੇਖੇ ਹੈ, ਕਿਉਂਕਿ ਜੋ ਆਲਰੇਡੀ ਕੈਨੇਡਾ ਗਏ ਹੋਏ ਨੇ ਸਟੂਡੈਂਟ, ਅਤੇ ਉਹਨਾਂ ਦੀਆਂ ਜਦੋਂ ਲਾਈਕ ਜਦੋਂ ਆਪਾਂ ਉਹਨਾਂ ਨੇ ਮੇਰੀ ਸਪਾਊਸ ਓਪਨ ਵਰਕ ਪਰਮਿਟ ਦੀ ਚਲੋ ਕੁਐਰੀ ਦੇਖ ਕੇ ਆਪਣਾ ਕਾਲ ਕੀਤਾ, ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਦੇ ਬਾਰੇ ਗੱਲ ਕੀਤੀ, ਤਾਂ ਨਾਲ ਦੀ ਨਾਲ ਹੀ ਕੀ ਉਹਨਾਂ ਨੇ ਜਦੋਂ ਆਪਣਾ PNP ਜਾਂ PR ਦਾ ਆਪਣਾ ਜੋ ਪ੍ਰੋਸੈਸ ਹੈ ਉਹ ਡਿਸਕਸ ਕੀਤਾ, ਤਾਂ ਉਹਨਾਂ ਨੇ ਇਹ ਚੀਜ਼ ਨੋਟ ਕੀਤੀ ਕਿ ਜਦੋਂ ਉਹਨਾਂ ਦੀ ਸਟੱਡੀ ਪਰਮਿਟ ਦੀ ਫਾਈਲ ਲਗਾਈ ਗਈ ਸੀ, ਤਾਂ ਉਹਨਾਂ ਨਾਲ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਡਾਕੂਮੈਂਟ ਦੇ ਵਿੱਚ ਇੰਨੀ ਕੁ ਜ਼ਿਆਦਾ ਮੈਨੀਪੂਲੇਸ਼ਨ ਕੀਤੀ ਗਈ ਸੀ ਕਿ ਹੁਣ ਉਹ ਲਾਈਕ ਆਪਣਾ ਜੈਨੂਅਨ ਹੁੰਦੇ ਹੋਏ ਵੀ ਆਪਣਾ ਉਸ ਚੀਜ਼ ਨੂੰ ਸ਼ੋਅ ਨਹੀਂ ਕਰ ਪਾ ਰਹੇ। ਕਿਉਂਕਿ ਆਪਾਂ ਗੱਲ ਕਰਦੇ ਹਾਂ ਜੀ, ਸੋ ਸਟੱਡੀ ਵੀਜ਼ਾ ਹੁੰਦਾ ਨਾ, ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਆਪਣਾ ਪਹਿਲਾ ਸਟੈਪ ਹੈ ਜਿਹਦੇ ਨਾਲ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਆਪਾਂ ਆਪਣੀ ਪੂਰੀ ਦੀ ਪੂਰੀ ਹਿਸਟਰੀ, ਆਪਣਾ ਪੂਰੇ ਦਾ ਪੂਰਾ ਡਿਟੇਲਸ ਦਿੰਦੇ ਹਾਂ ਕਿ ਸਾਡੀ ਆਹ ਸਟੱਡੀ ਕੀਤੀ ਹੋਈ ਆ, ਸਾਡੇ ਆਹ ਸਾਡੇ ਆਈਡੈਂਟੀ ਡਾਕੂਮੈਂਟਸ ਨੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ A to Z ਆਪਣੀ ਸਾਰੀ ਡਿਟੇਲ ਜਿਹੜੀ ਹੁੰਦੀ ਹੈ ਉਹ ਸਟੱਡੀ ਵੀਜ਼ਾ ਦੇ ਨਾਲ ਉਹਨਾਂ ਕੋਲ ਜਾਂਦੀ ਹੈ, ਅਤੇ ਉਹ ਫਸਟ ਸਟੈਪ ਹੁੰਦਾ ਜੋ ਆਪਾਂ ਡਿਟੇਲਸ ਉਹਨਾਂ ਨੂੰ ਦਿੰਦੇ ਹਾਂ। ਪਲੱਸ 2 ਤੋਂ ਬਾਅਦ ਤਾਂ ਚਲੋ ਜਿਹੜੀ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਲੱਗਦੀ ਆ ਉਹਦੇ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਆਮ ਕੰਸਲਟੈਂਟ ਆ, ਜਾਂ ਆਪਾਂ ਸਪੈਸ਼ਲੀ ਕਰਕੇ ਜੋ ਲਾਈਸੈਂਸਡ ਨਹੀਂ ਹੈਗੇ, ਜਿਨ੍ਹਾਂ ਨੂੰ ਲਾਈਕ ਗਵਰਨਮੈਂਟ ਆਥੋਰਾਈਜੇਸ਼ਨ ਨਹੀਂ ਹੈਗੀ, ਉਹ ਲਗਾ ਦਿੰਦੇ ਨੇ, ਠੀਕ ਹੈ, ਉਹ ਬੱਚਿਆਂ 'ਤੇ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ, ਉਹਦੇ 'ਚ ਵੀਜ਼ਾ ਆਉਂਦੇ ਨੇ, ਨੋ ਡਾਊਟ, ਇਸ 'ਚ ਨਹੀਂ ਆਪਾਂ ਕਹਿ ਸਕਦੇ, ਬਟ ਸਕਸੈਸ ਰੇਟ ਜਿਹੜਾ ਹੁੰਦਾ ਬਹੁਤ ਘੱਟ ਹੁੰਦਾ। ਬਟ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਰ ਬੱਚੇ ਦੀ ਹਾਇਰ ਸਟੱਡੀ ਕੀਤੀ ਹੋਈ ਆ, ਲਾਈਕ ਆਪਾਂ ਕਹਿ ਸਕਦੇ ਹਾਂ ਪਲੱਸ 2 ਤੋਂ ਬਾਅਦ ਉਹਦੀ ਗ੍ਰੈਜੂਏਸ਼ਨ ਆ, ਉਹਦੀ ਮਾਸਟਰਸ ਆ, ਤਾਂ ਉਸ ਬੱਚੇ ਦੀ ਜਦੋਂ ਫਾਈਲ ਲਗਾਈ ਜਾਂਦੀ ਹੈ ਇਹੋ ਜਿਹੇ ਕੰਸਲਟੈਂਟਸ ਦੇ ਥਰੂ ਜਾਂ ਇਹੋ ਜਿਹੇ ਇੱਕ ਅਨਪ੍ਰੋਫੈਸ਼ਨਲ ਪਰਸਨ ਦੇ ਥਰੂ, ਤਾਂ ਉਹ ਉਹਦੀ ਸਾਰੀ ਫਾਈਲ ਜਿਹੜਾ ਹੈਗਾ, ਸਾਰਾ ਕੇਸ ਆ ਜਿਹੜਾ ਹੈਗਾ, ਉਹਨੂੰ ਮਿੱਟੀ ਕਰ ਦਿੰਦਾ। ਕਿਉਂ? ਕਿਉਂਕਿ ਉਹਨਾਂ ਨੇ ਉਹ ਸਿਰਫ ਇੱਕ ਵੀਜ਼ਾ ਤੱਕ ਮਤਲਬ ਹੁੰਦਾ, ਅਤੇ ਉਹਨਾਂ ਨੂੰ ਆਪਣੇ ਕਾਲਜ ਦੇ ਕਮਿਸ਼ਨ ਤੱਕ ਮਤਲਬ ਹੁੰਦਾ, ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਕਿ ਯਾਰ ਬੱਚੇ ਨੂੰ ਅੱਗੇ ਜਦੋਂ PNP ਪਾਉਣੀ ਆ ਜਾਂ PR ਪਾਉਣੀ ਆ, ਵਰਕ ਪਰਮਿਟ ਲੈਣਾ, ਤਾਂ ਉਹਦੇ 'ਚ ਉਹਨਾਂ ਨੂੰ ਦਿੱਕਤ ਆਊਗੀ ਆਊਗੀ, ਕਿਉਂਕਿ ਜਿਹੜੀਆਂ ਡਿਟੇਲਸ ਆਪਾਂ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਦਿੱਤੀਆਂ ਹੋਈਆਂ ਨੇ, ਉਹ ਅੱਗੇ ਜਾ ਕੇ ਆਪਣੀਆਂ ਉਹਨਾਂ ਡਿਟੇਲਸ ਦੀ ਵੈਰੀਫਾਈ ਹੋਣੀਆਂ ਹੁੰਦੀਆਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਆਪਣਾ ਫਸਟ ਸਟੈਪ ਆ ਜਿਹਦੇ ਨਾਲ ਆਪਾਂ ਆਪਦਾ ਆਪ ਉਹਨਾਂ ਨੂੰ ਪੇਸ਼ ਕੀਤਾ। ਜਿਵੇਂ ਇੱਕ ਕਹਿੰਦੇ ਹੁੰਦੇ ਨੇ ਕਿ ਫਸਟ ਇੰਪ੍ਰੈਸ਼ਨ ਇਜ਼ ਅ ਲਾਸਟ ਇੰਪ੍ਰੈਸ਼ਨ, ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਸਾਹਮਣੇ ਤੁਹਾਨੂੰ ਮੈਨੀਪੂਲੇਟ ਕਰਕੇ ਪੇਸ਼ ਕੀਤਾ ਗਿਆ, ਤਾਂ ਉਹ ਜਿਹੜੀ ਉਹ ਤੁਹਾਡੀ ਮੈਨੀਪੂਲੇਸ਼ਨ ਨੂੰ ਹੀ ਉਹਨਾਂ ਦੇ ਅਕੋਰਡਿੰਗ 'ਤੇ ਚੀਜ਼ ਆ ਵੀ ਜਿਹੜੀ ਇਹਨੇ ਪੇਸ਼ ਕੀਤੀ ਆ ਬੱਚੇ ਨੇ ਉਹ ਹੀ ਸਾਡੇ ਕੋਲ ਹੈਗੀ ਆ। ਉਸ ਤੋਂ ਬਾਅਦ ਕੀ ਆ ਕਿ ਬਹੁਤ ਸਾਰੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਦੇ ਪੁਆਇੰਟਸ ਪੂਰੇ ਹੁੰਦੇ ਹੋਇਆਂ ਦੇ ਬਾਵਜੂਦ ਵੀ ਕੀ ਆ ਉਹ ਆਪਦੀ ਜਿਹੜੀ ਫਾਈਲ ਹੈਗੀ ਆ ਉਹਨੂੰ ਆਪਣੇ ਪੁਆਇੰਟਸ ਵਾਲੇ ਪੁਆਇੰਟ ਸਿਸਟਮ ਦੇ ਬੇਸ 'ਤੇ ਉਹਨੂੰ ਲੌਜ ਨਹੀਂ ਕਰ ਪਾਉਂਦੇ, ਕਿਉਂਕਿ ਉਹ ਫਸ ਜਾਂਦੇ ਆ। ਔਰ ਸੈਕਿੰਡ ਗੱਲ ਕੀ ਹੁੰਦੀ ਆ, ਕੰਸਲਟੈਂਟਸ ਜਾਂ ਕਰਦੇ ਕੀ ਆ, ਸਟੱਡੀ ਵੀਜ਼ਾ ਦੇ ਬੱਚੇ ਨੂੰ ਇੱਕ ਇਹੋ ਜਿਹੀ ਜਗ੍ਹਾ 'ਤੇ ਭੇਜਦੇ ਆ, ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੀ PNP ਪਊਗੀ ਜਾਂ ਨਾ ਪਊਗੀ। ਕਿਉਂ? ਕਿਉਂਕਿ ਆਲਰੇਡੀ ਮੈਂ ਜਿਵੇਂ ਕਹਿ ਚੁੱਕਿਆ ਕਿ ਉਹਨਾਂ ਦਾ ਇੱਕ ਹੀ ਮੋਟਿਵ ਹੁੰਦਾ, ਅਸੀਂ ਫਾਈਲ ਲਗਾਉਣੀ ਹੈ, ਬੱਚਾ ਜਾਊਗਾ, ਸਾਨੂੰ ਕਮਿਸ਼ਨ ਆਊਗਾ, ਦੈਟਸ ਇਟ, ਉਸ ਤੋਂ ਮੁੜ ਕੇ ਬੱਚੇ ਦਾ ਜੋ ਬਣਦਾ ਕੁਛ ਬਣਦਾ, ਅਸੀਂ ਉਸ ਤੋਂ ਕੁਛ ਨਹੀਂ ਲੈਣਾ ਦੇਣਾ। ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੀ ਫਾਈਲ ਲੌਜ ਕਰਦੇ ਹੋ ਜਾਂ ਤੁਸੀਂ ਕਿਸੇ ਤੋਂ ਵੀ ਆਪਣੀ ਫਾਈਲ ਲਗਾਉਣੀ ਹੋ, ਤਾਂ ਇਹ ਚੀਜ਼ ਨੋਟ ਕਰਿਆ ਕਰੋ, ਸਪੈਸ਼ਲੀ ਪੇਰੈਂਟਸ ਇਹ ਚੀਜ਼ ਨੋਟ ਕਰਿਆ ਕਰੋ ਕਿ ਜੇ ਆਪਾਂ ਅਸੀਂ ਜਿਸ ਕੰਸਲਟੈਂਟ ਤੋਂ ਫਾਈਲ ਲਗਵਾ ਰਹੇ ਹਾਂ ਕੀ ਉਹ ਲਾਈਸੈਂਸਡ ਹੈ। ਕਿਉਂਕਿ ਜੇ ਕੋਈ ਕੰਸਲਟੈਂਟ ਜਾਂ ਆਪਾਂ ਕਹਿ ਸਕਦੇ ਇਮੀਗ੍ਰੇਸ਼ਨ ਕੰਸਲਟੈਂਟ ਆ, ਜੋ ਜਿਹਨੂੰ ਆਪਣੇ ਟਰਮ ਦੇ ਵਿੱਚ ਇੱਕ ਏਜੰਟ ਵਰਡ ਯੂਜ਼ ਕੀਤਾ ਜਾਂਦਾ ਸਪੈਸ਼ਲੀ ਪੰਜਾਬ ਦੇ ਵਿੱਚ, ਅਗਰ ਉਹਦੇ ਕੋਲ ਲਾਈਸੈਂਸ ਹੈ, ਦੈਟ ਮੀਨਸ ਕੀ ਆ ਕਿ ਉਹ ਪ੍ਰੋਫੈਸ਼ਨਲ ਆ, ਉਹਨੂੰ ਨੌਲੇਜ ਹੈ ਤਾਂ ਕਿਸ ਹੱਦ ਤੱਕ ਉਹ ਆਪਣਾ ਲਾਈਸੈਂਸ ਲੈਣ ਦੇ ਵਿੱਚ ਕਾਮਯਾਬ ਹੋਇਆ। ਸੈਕਿੰਡਲੀ ਗੱਲ ਕਰਦੇ ਹਾਂ ਕਿ ਜਿਹੜੇ ਕੋਰਸ ਹੁੰਦੇ ਆ, ਕੋਰਸ ਬਹੁਤ ਜ਼ਿਆਦਾ ਕੰਸਲਟੈਂਟ ਕਿਹੜੇ ਆ, ਨੋਨ ਰੈਲੇਵੈਂਟ ਕੋਰਸ ਲੈ ਕੇ ਦੇ ਦਿੰਦੇ ਆ। ਕਿਉਂ? ਕਿਉਂਕਿ ਉਹ ਜਾਂ ਤਾਂ ਉਹਨਾਂ ਦੀ ਪਿਛਲੀ ਪ੍ਰੋਫਾਈਲ, ਪਿਛਲੀ ਸਟੱਡੀ ਨਾਲ ਮੈਚ ਨਹੀਂ ਕਰਦੇ ਹੁੰਦੇ, ਜਾਂ ਉਹਨਾਂ ਦੀ ਰੈਲੇਵੈਂਸੀ ਨਹੀਂ ਉਹਨਾਂ ਦੇ ਨਾਲ ਬਣਦੀ। ਕਿਉਂ? ਕਿਉਂਕਿ ਉਹਨਾਂ ਨੇ ਸਟੱਡੀ ਕੀਤੀ ਕੁਛ ਹੋਰ ਹੁੰਦੀ ਆ, ਜਾਂ ਕਿਸੇ ਹੋਰ ਸਟੱਡੀ ਵਾਸਤੇ ਰਹੇ ਆ, ਤਾਂ ਉਹ ਕਿਤੇ ਨਾ ਕਿਤੇ ਕੀ ਆ ਜਿਹੜਾ ਉਹਨਾਂ ਦੀ ਫਾਈਲ ਦੇ ਰਿਫਿਊਜ਼ਲ ਦੇ ਕਾਰਨ ਬਚ ਜਾਂਦੇ ਆ। ਬਹੁਤ ਸਾਰੇ ਬੱਚੇ ਇੱਦਾਂ ਦੇ ਵੇਖਿਆ ਜਿਨ੍ਹਾਂ ਦੇ 6 ਈਚ ਬੈਂਡ ਵੀ ਹੁੰਦੇ ਆ, 6+6 ਈਚ ਤੋਂ ਲਾਈਕ ਆਪਾਂ ਕਹਿ ਦਿੰਦੇ 6.5 ਬੈਂਡ ਤੱਕ ਵੀ ਆਏ ਹੁੰਦੇ ਆ, ਬਟ ਫਿਰ ਵੀ ਉਹਨਾਂ ਦੀਆਂ ਫਾਈਲ ਰਿਫਿਊਜ਼ ਕਰਾਈਆਂ ਪਈਆਂ ਹੁੰਦੀਆਂ। ਉਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਕਸੂਰ ਇੱਕ ਕੱਢ ਦਿੰਦੇ ਹਾਂ ਕਿ ਉਹਦੀ ਫਾਈਲ ਦੀ ਡਰਾਫਟਿੰਗ ਅਤੇ ਫਾਈਲ ਦੀ ਜਿਹੜੀ ਰਿਪ੍ਰਜੈਂਟੇਸ਼ਨ ਆ ਉਹ ਕਿਤੇ ਨਾ ਕਿਤੇ ਉਸ ਬੰਦੇ 'ਤੇ ਡਿਪੈਂਡ ਕਰਦੀ ਜਿਹਨੂੰ ਤੁਸੀਂ ਫਾਈਲ ਲਗਵਾ ਰਹੇ ਹੋ। ਸੋ ਮੇਰਾ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਕਹਿਣ ਦਾ ਮੋਟਿਵ ਸਿਰਫ ਇੱਕ ਇਹੀ ਹੈ ਕਿ ਜਦੋਂ ਵੀ ਆਪਾਂ ਕਿਸੇ ਕੰਸਲਟੈਂਟ ਤੋਂ ਫਾਈਲ ਲਗਵਾਉਣੇ ਆ, ਤਾਂ ਥੋੜ੍ਹੀ ਜਿਹੀ ਰਿਸਪੋਂਸੀਬਿਲਟੀ ਆਪਣੀ ਵੀ ਬਣਦੀ ਹੁੰਦੀ ਹੈ ਕਿ ਅਗਰ ਆਪਾਂ ਆਪਣੀ ਫਾਈਲ ਲੱਗ ਰਹੀ ਹੈ ਤਾਂ ਆਪਾਂ ਉਸ ਫਾਈਲ ਨੂੰ ਵੇਖੀਏ, ਤਾਂ ਕਿ ਉਹ ਫਾਈਲ ਕੀ ਲੱਗ ਰਹੀ ਆ, ਮੇਰੀ ਸਟੱਡੀ ਕੀ ਲੈ ਕੇ ਦਿੱਤੀ ਜਾ ਰਹੀ ਆ। ਕਿਉਂਕਿ ਜਦੋਂ ਆਪਾਂ ਕੈਨੇਡਾ ਮੂਵ ਹੁੰਦੇ ਹਾਂ, ਆਪਣੀ ਸਟੱਡੀ ਕੰਪਲੀਟ ਹੁੰਦੀ ਆ, ਤਾਂ ਆਪਣਾ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਪ੍ਰੋਸੈਸ ਹੈਗੇ ਨੇ ਉਹ ਆਪਣੇ ਪਿਛਲੀ ਸਟੱਡੀ ਦੇ ਬਿਹਾਫ 'ਤੇ ਚੱਲਣੇ ਹੁੰਦੇ ਨੇ। ਆਪਾਂ ਉੱਥੇ ਕੀ ਡਾਕੂਮੈਂਟ ਲਗਾ ਕੇ ਆਏ ਹਾਂ, ਕਿਹੜੀ
ਔਰ ਸੈਕਿੰਡਲੀ ਆਪਾਂ ਗੱਲ ਕਰ ਲੈਂਦੇ ਹਾਂ ਜੀ ਸਪਾਊਸ ਓਪਨ ਵਰਕ ਪਰਮਿਟ ਦੇ ਕੇਸ ਦੇ ਵਿੱਚ, ਕਿਉਂਕਿ ਬਹੁਤ ਸਾਰੇ ਕੈਂਡੀਡੇਟ ਕੀ ਕਰਦੇ ਨੇ ਇੱਥੋਂ ਉਹੀ ਗੱਲ ਹੁੰਦੀ ਹੈ ਕਿ ਉਹਨਾਂ ਦੀ ਜੋ ਐਪਲੀਕੈਂਟ ਆ ਉਹਦਾ ਸਟੱਡੀ ਵੀਜ਼ਾ ਆਇਆ ਹੁੰਦਾ, ਉਹ ਮੈਨੀਪੂਲੇਸ਼ਨ ਨਾਲ ਉਹਨਾਂ ਦੀ ਫਾਈਲਸ ਲੱਗੀਆਂ ਹੁੰਦੀਆਂ। ਉਸ ਤੋਂ ਬਾਅਦ ਜੋ ਹਸਬੈਂਡ ਆ ਸਪਾਊਸ ਆ ਆਪਣੀ ਫਾਈਲ ਲਗਾਉਂਦਾ, ਉਹ ਵੀ ਆਪਣੇ ਡਾਕੂਮੈਂਟ ਜਿਹੜੇ ਹੈਗੇ ਆ ਤੋੜ ਮਰੋੜ ਕੇ ਕੰਸਲਟੈਂਟ ਦੂਰੋਂ ਉਹਨਾਂ ਦੇ ਡਾਕੂਮੈਂਟ ਜਿਹੜੇ ਹੈਗੇ ਆ ਪੇਸ਼ ਕਰ ਦਿੱਤੇ ਜਾਂਦੇ ਆ। ਅਤੇ ਜਦੋਂ ਉਹ ਬਹੁਤ ਸਾਰੇ ਕੀ ਹੁੰਦਾ, ਚਲੋ ਉਹਨਾਂ ਨੂੰ ਵੀਜ਼ਾ ਮਿਲ ਵੀ ਜਾਂਦਾ, ਬਟ ਜਦੋਂ ਉੱਥੇ ਜਾ ਕੇ ਆਪਣੀ PNP ਪਾਉਂਦੇ ਨੇ, ਉਹਨਾਂ ਦੇ ਆਪਣੀ ਵਾਈਫ ਦੇ ਨਾਲ ਆਪਣੀ PR ਪਾਉਂਦੇ ਨੇ, ਤਾਂ ਉਹਨਾਂ ਦੀ ਵਾਈਫ ਦੇ ਡਾਕੂਮੈਂਟ ਚਾਹੇ ਸਹੀ ਹੋਣ, ਬਟ ਜਦੋਂ ਸਪਾਊਸ ਆਪਣੇ ਤੋੜ ਮਰੋੜ ਕੇ ਡਾਕੂਮੈਂਟ ਲਗਾ ਕੇ ਗਿਆ ਹੁੰਦਾ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ PR ਦੇ ਵਿੱਚ ਉੱਥੇ ਇਫੈਕਟ ਕਰਦੇ ਕਰਦੇ ਨੇ ਜਦੋਂ ਦੋਨੇ ਜਾਣੇ ਇਕੱਠੇ ਪਾਉਂਦੇ ਆ। ਸੋ ਫਾਈਨਲੀ ਇੱਕ ਸਿਰਫ ਮੈਂ ਹੀ ਇੱਕ ਤੁਹਾਡੇ ਅੱਗੇ ਦਰਖਾਸਤ ਕਰਨਾ ਚਾਹੂੰਗਾ, ਜਦੋਂ ਵੀ ਤੁਸੀਂ ਆਪਣੀ ਫਾਈਲ ਲਗਾਉਣੀ ਹੋ, ਤੁਸੀਂ ਸਪੈਸ਼ਲੀ ਆਪਣੀ ਸਟੱਡੀ ਵੀਜ਼ਾ ਦੀ ਫਾਈਲ ਲਗਾਉਣੀ ਹੋ, ਤਾਂ ਇਹ ਚੀਜ਼ ਇੱਕ ਨੋਟ ਕਰਿਆ ਕਰੋ ਕਿ ਤੁਹਾਡੀ ਫਾਈਲ ਕਿੱਥੇ ਲੱਗ ਰਹੀ ਹੈ, ਕਿਵੇਂ ਲੱਗ ਰਹੀ ਹੈ, ਠੀਕ ਹੈ। ਤਾਂ ਤੁਸੀਂ ਥੋੜ੍ਹਾ ਜਿਹਾ ਉਸ ਚੀਜ਼ ਦੇ ਉੱਪਰ ਖੁਦ ਵੀ ਆਪਣਾ ਕਹਿ ਸਕਦੇ ਹਾਂ ਕਿ ਮੱਥਾ ਖਪਾਈ ਕਰਿਆ ਕਰੋ, ਉਸ ਚੀਜ਼ ਦੀ ਨੌਲੇਜ ਲਿਆ ਕਰੋ ਕਿ ਦੇਖੋ ਪੜ੍ਹਨਾ ਤੁਸੀਂ ਹੁੰਦਾ ਜਾ ਕੇ ਉੱਥੇ, ਇਹ ਨਹੀਂ ਹੁੰਦਾ ਕਿ ਜਿਹਨੇ ਤੁਹਾਡੀ ਫਾਈਲ ਲਗਾਈ ਹੈ ਉਹਨੇ ਉਹਦੀ ਜ਼ਿੰਮੇਵਾਰੀ ਆ, ਕਿਉਂ ਉਹਨੇ ਤਾਂ ਤੁਹਾਡੀ ਫਾਈਲ ਲਗਾਉਣ ਵਾਲੇ ਨੇ ਲਗਾਤੀ, ਕਿਉਂਕਿ ਉਹ ਇੱਕ ਅਨਪ੍ਰੋਫੈਸ਼ਨਲ ਬੰਦਾ ਜਿਹੜਾ ਇੱਦਾਂ ਦੀਆਂ ਗਲਤੀਆਂ ਕਰਦਾ। ਫਿਰ ਵੀ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਦੇ ਰਿਗਾਰਡਿੰਗ, ਸਪਾਊਸ ਓਪਨ ਵਰਕ ਪਰਮਿਟ ਦੇ ਰਿਗਾਰਡਿੰਗ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਸਾਨੂੰ ਸਾਡੇ ਹੈੱਡ ਆਫਿਸ ਗਲੋਬਲ ਐਕਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ ਜਿਹੜੇ ਕੋਟਕਪੁਰਾ ਡੇਨਗਾ ਸਰਵਿਸ ਜੱਤੋ ਰੋਡ ਕੋਟਕਪੁਰਾ ਤੇ ਆ ਕੇ ਸਾਨੂੰ ਮਿਲ ਸਕਦੇ ਹੋ, ਜਾਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਨੰਬਰ 7707855037 7007537 ਸਾਨੂੰ ਕਾਲ ਕਰ ਸਕਦੇ ਹੋ। ਧੰਨਵਾਦ।